ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਆਉਣ ਦੀ। ਜੇ ਪਹਾੜ ਗਏ ਹਾਥੀ ਦੇ ਨਾਲ ਹਮਲਾ ਕਰਨਗੇ ਤੇ ਪਹਾੜੀਆਂ ਦੇ ਮਸਤ ਹਾਥੀ ਦਾ ਮੁਕਾਬਲਾ, ਸਤਿਗੁਰੂ ਕਹਿੰਦੇ ਆਪਣੇ ਕੋਲ ਵੀ ਇੱਕ ਹਾਥੀ ਹੈ, ਇਹ ਹਾਥੀ ਮੁਕਾਬਲਾ ਕਰੇਗਾ। ਸਿੱਖਾਂ ਪੁੱਛਿਆ ਦਾਤਾ ਕਿਹੜਾ ਹਾਥੀ ਮੁਕਾਬਲਾ ਕਰੇਗਾ? ਪਾਤਸ਼ਾਹ ਨੇ ਦੁਨੀ ਚੰਦ ਵੱਲ ਹੱਥ ਕੀਤਾ ਵੀ ਆਹ ਦੁਨੀ ਚੰਦ ਮੁਕਾਬਲਾ ਕਰੇਗਾ। ਹੁਣ ਦੁਨੀ ਚੰਦ ਵੱਲ ਹੱਥ ਕੀਤਾ, ਦੁਨੀ ਚੰਦ ਨੂੰ ਤ੍ਰੇਲੀਆਂ ਆ ਗਈਆਂ, ਹੈਰਾਨ ਹੋ ਗਿਆ, ਉਹਦੀਆਂ ਲੱਤਾਂ ਕੰਬਣ ਲੱਗ ਗਈਆਂ। ਪਾਤਸ਼ਾਹ ਨੇ ਇਹੀ ਗੱਲ ਕਹਿ ਦਿੱਤੀ ਆਪਣੀ ਪਵਿੱਤਰ ਜ਼ੁਬਾਨ ਵਿੱਚੋਂ, ਰਸਨਾ ਵਿੱਚੋਂ, ਕਿ ਪਹਾੜੀਆਂ ਦੇ ਹਾਥੀ ਨਾਲ ਦੁਨੀ ਚੰਦ ਮੁਕਾਬਲਾ ਕਰੇਗਾ ਸਵੇਰੇ। ਤੇ ਦੁਨੀ ਚੰਦ ਦਾ ਦਿਲ ਕੰਬਣ ਲੱਗ ਗਿਆ, ਰਹਿੰਦਾ ਸੀ ਗੁਰੂ ਕੋਲੇ, ਸਿੱਖਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਵੇਖੋ ਗੁਰੂ ਮਹਾਰਾਜ ਨਾ ਮੈਨੂੰ ਮਰਵਾਉਣ ਨੂੰ ਫਿਰਦੇ ਨੇ, ਵੀ ਇਹ ਕੋਈ ਗੱਲ ਹੈ? ਵੀ ਚੱਲ ਫਿਰ ਕੀ ਹੋ ਗਿਆ, ਮੈਂ ਗੁਰੂ ਘਰ ਦਾ ਰਾਸ਼ਨ ਥੋੜਾ ਜਿਹਾ ਵੱਧ ਛਕ ਲੈਂਦਾ, ਖੁਰਾਕ ਜ਼ਿਆਦੇ ਸੀ ਵੀ ਖਾਸਾ ਮੋਟਾ ਡਾਢਾ ਚੌੜਾ, ਜਿਹਦੇ ਸਾਧਾਂ ਸੰਤਾਂ ਵਰਗਾ, ਜਿਵੇਂ ਅੱਜ ਦੇ ਕਈ ਬਾਬੇ ਨਹੀਂ ਹੈਗੇ ਉਹਨੇ ਚੌੜੇ ਉਵੇਂ ਦੱਸ। ਫਿਰ ਕੀ ਹੋ ਗਿਆ, ਮੈਂ ਵੱਧ ਛਕ ਲੈਂਦਾ, ਗੁਰੂ ਮਹਾਰਾਜ ਤਾਂ ਮੈਨੂੰ ਮਰਾਉਣ ਨੂੰ ਫਿਰਦੇ ਨੇ। ਹੁਣ ਸਿੱਖਾਂ ਕਿਹਾ ਕਮਲਿਆ ਕਿਹੜੀਆਂ ਗੱਲਾਂ ਕਰਦਾ ਹੈ, ਸਤਿਗੁਰੂ ਪਾਤਸ਼ਾਹ ਨੇ ਤਾਂ ਤੈਨੂੰ ਮਾਣ ਦਿੱਤਾ, ਤੇਰੇ ਵੱਲ ਮਿਹਰ ਭਰਿਆ ਹੱਥ ਕੀਤਾ, ਆਪਦੀ ਜ਼ੁਬਾਨ ਵਿੱਚੋਂ ਤੇਰਾ ਨਾਂ ਲੈ ਕੇ ਗੱਲ ਕਹੀ ਹੈ ਕਿ ਪਹਾੜੀਆਂ ਦੇ ਹਾਥੀ ਨਾਲ ਸਾਡਾ ਹਾਥੀ ਦੁਨੀ ਚੰਦ ਲੜੇਗਾ। ਤੇਰਾ ਤਾਂ ਸਰੀਰ ਵਰਤਣਾ ਕਮਲਿਆ ਕਲਾ ਗੁਰੂ ਦੀ ਵਰਤਣੀ ਹੈ, ਪਰ ਹੁਣ ਦੁਨੀ ਚੰਦ ਨੂੰ ਵਿਸ਼ਵਾਸ ਨਹੀਂ ਸੀ ਮਨ ਕਰਕੇ ਗੁਰੂ ਦੇ ਬਚਨਾਂ ਤੇ, ਰਹਿੰਦਾ ਭਾਵੇਂ ਗੁਰੂ ਕੋਲੇ ਸੀ, ਖਿਮਾ ਕਰਿਓ, ਤਨ ਕਰਕੇ ਗੁਰੂ ਦੇ ਨੇੜੇ ਰਹਿੰਦਾ ਸੀ ਪਰ ਚੰਦਰਾ ਮਨ ਕਰਕੇ ਗੁਰੂ ਤੋਂ ਬਹੁਤ ਦੂਰ ਸੀ, ਮਨ ਚੋਂ ਨਹੀਂ ਸੀ ਗੁਰੂ ਨੂੰ ਮੰਨਦਾ। ਹੁਣ ਜਦੋਂ ਸੰਗਤ ਆਉਂਦੀ ਹੋਏਗੀ ਆਨੰਦਪੁਰ ਸਾਹਿਬ ਤੇ ਦੁਨੀ ਚੰਦ ਗੁਰੂ ਦੇ ਦਰ ਤੇ ਆਉਣ ਵਾਲੀ ਸੰਗਤ ਨੂੰ ਤਾਂ ਦੱਸਦਾ ਹੋਣਾ ਵੀ ਸਾਡੇ ਗੁਰੂ ਜੀ ਬਹੁਤ ਮਹਾਨ ਨੇ, ਸਾਡੇ ਗੁਰੂ ਜੀ 'ਚ ਬੜੀ ਸ਼ਕਤੀ ਹੈ, ਪਰ ਲੋਕਾਂ ਨੂੰ ਦੱਸਦਾ ਸੀ ਆਪ ਗੁਰੂ ਦੀ ਸ਼ਕਤੀ ਨੂੰ ਚੰਦਰਾ ਮੰਨਦਾ ਹੀ ਨਹੀਂ ਸੀ। ਜੇ ਆਪ ਮੰਨਦਾ ਹੁੰਦਾ ਤੇ ਗੁਰੂ ਨੇ ਜਦੋਂ ਹੱਥ ਕੀਤਾ ਸੀ ਚਾਉ ਚੜ੍ਹ ਜਾਣਾ ਸੀ ਵੀ ਗੁਰੂ ਨੇ ਮਿਹਰਾਮਤ ਕਰ ਦਿੱਤੀ, ਨੇੜੇ ਰਹਿ ਕੇ ਵੀ ਗੁਰੂ ਤੋਂ ਦੂਰ ਸੀ, ਨਾ ਵਿਸ਼ਵਾਸ ਬਣਿਆ, ਦੁਨੀ ਚੰਦ ਗੁਰੂ ਦਾ ਦਰ ਛੱਡ ਕੇ ਭੱਜ ਗਿਆ ਸੀ। ਮਜੀਠੇ ਪਿੰਡ ਦੇ ਰਹਿਣ ਵਾਲਾ ਸੀ, ਦੁਨੀ ਚੰਦ ਮਜੀਠੀਆ ਖਾ ਕੇ ਗੁਰੂ ਦਾ ਗਦਾਰੀ ਕਰ ਗਿਆ ਸੀ, ਕਈ ਅੱਜ ਵੀ ਕਰੀ ਜਾਂਦੇ ਨੇ। ਖੈਰ ਇਹਦੇ ਦੋ ਪੋਤਿਆਂ ਨੇ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਨੇ ਇਹ ਗੁਰੂ ਘਰ ਦੇ ਲਈ ਸ਼ਹਾਦਤ ਦਿੱਤੀ ਸੀ, ਪਰ ਇਹ ਦੁਨੀ ਚੰਦ ਭੱਜ ਗਿਆ ਸੀ ਆਨੰਦਪੁਰ ਸਾਹਿਬ ਦੇ ਦਰ ਤੋਂ ਲੋਹਗੜ੍ਹ ਦੇ ਕਿਲੇ ਨੂੰ ਛੱਡ ਕੇ। ਸਵੇਰ ਹੋਈ, ਸਿੱਖਾਂ ਨੇ ਆ ਕੇ ਦੱਸਿਆ ਸਤਿਗੁਰੂ ਪਾਤਸ਼ਾਹ ਦੁਨੀ ਚੰਦ ਤਾਂ ਭੱਜ ਗਿਆ, ਹੁਣ ਹਾਥੀ ਨਾਲ ਕਿਹੜਾ ਸਿੰਘ ਲੜੇਗਾ? ਸਤਿਗੁਰੂ ਪਾਤਸ਼ਾਹ ਨੇ ਭਰੇ ਦਰਬਾਰ ਅੰਦਰ, ਜਿਵੇਂ ਆਪਾਂ ਬੈਠੇ ਹਾਂ ਨਾ, ਸਤਿਗੁਰੂ ਦੇ ਦਰਬਾਰ ਅੰਦਰ ਸਿੱਖ ਬੈਠੇ, ਸਿੱਖਾਂ ਕਿਹਾ ਦਾਤਾ ਦੁਨੀ ਚੰਦ ਭੱਜ ਗਿਆ, ਹੁਣ ਕੌਣ ਲੜੇਗਾ? ਸਤਿਗੁਰੂ ਪਾਤਸ਼ਾਹ ਨੇ ਆਪਣਾ ਮਿਹਰ ਭਰਿਆ ਹੱਥ ਭਾਈ ਮਨੀ ਸਿੰਘ ਹੁਣਾਂ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਵੱਲ ਕੀਤਾ। ਪਾਤਸ਼ਾਹ ਕਹਿੰਦੇ ਬਚਿੱਤਰ ਸਿੰਘ ਕਰੇਗਾ ਹਾਥੀ ਦਾ ਮੁਕਾਬਲਾ। ਜਦੋਂ ਇੰਨੀ ਗੱਲ ਕਹੀ ਨਾ ਤੇ ਭਾਈ ਬਚਿੱਤਰ ਸਿੰਘ ਭਰੇ ਦਰਬਾਰ ਵਿੱਚ ਹੱਥ ਜੋੜ ਕੇ ਖੜਾ ਹੋ ਗਿਆ, ਹੱਥ ਜੋੜ ਕੇ ਭਰੇ ਦਰਬਾਰ ਅੰਦਰ ਗੁਰੂ ਦੇ ਸਾਹਮਣੇ ਖਲੋ ਕੇ ਇੱਕ ਗੱਲ ਕਹਿੰਦਾ, ਕਲੰਗੀਆਂ ਵਾਲਿਆ ਸਤਿਗੁਰਾ, ਬਚਿੱਤਰ ਸਿੰਘ ਦੀ ਤਾਂ ਔਕਾਤ ਇੱਕ ਕੀੜੀ ਨਾਲ ਵੀ ਲੜਨ ਦੀ ਨਹੀਂ, ਹਾਥੀ ਤੇ ਬਹੁਤ ਵੱਡਾ, ਮੇਰੇ ਤੋਂ ਹਾਥੀ ਨਾਲ ਨਹੀਂ ਲੜਿਆ ਜਾਣਾ। ਆਹ ਗੱਲ ਕਹੀ ਸਤਿਗੁਰੂ, ਬਚਿੱਤਰ ਸਿੰਘ ਤੋਂ ਹਾਥੀ ਨਾਲ ਨਹੀਂ ਲੜਿਆ ਜਾਣਾ, ਮੇਰੀ ਤਾਂ ਔਕਾਤ ਇੱਕ ਕੀੜੀ ਨਾਲ ਲੜਨ ਜੋਗੀ ਵੀ ਨਹੀਂ ਹੈ। ਇੰਨੀ ਗੱਲ ਭਾਈ ਬਚਿੱਤਰ ਸਿੰਘ ਦੀ ਜ਼ੁਬਾਨ ਤੋਂ ਸੰਗਤਾਂ ਨੇ ਸੁਣੀ ਨਾ, ਸਨਾਟਾ ਛਾ ਗਿਆ, ਚੁੱਪ ਹੋ ਗਏ ਸਾਰੇ, ਵੀ ਆਹ ਕੀ ਖੇਡ ਵਾਪਰ ਗਈ। ਕੱਲ ਦੁਨੀ ਚੰਦ ਨੂੰ ਕਿਹਾ ਸੀ ਪਾਤਸ਼ਾਹ ਨੇ ਦੁਨੀ ਚੰਦ ਭੱਜ ਗਿਆ, ਅੱਜ ਬਚਿੱਤਰ ਸਿੰਘ ਨੂੰ ਕਿਹਾ ਕਿ ਹਾਥੀ ਨਾਲ ਲੜੇਗਾ, ਇਹ ਕਹਿੰਦਾ ਮੈਥੋਂ ਤਾਂ ਕੀੜੀ ਨਾਲ ਵੀ ਨਹੀਂ ਲੜਿਆ ਜਾਣਾ। ਕੀ ਖੇਡਾਂ ਵਾਪਰੀ ਜਾਂਦੀਆਂ। ਕੁਝ ਕੁ ਸਮੇਂ ਦੀ ਚੁੱਪ ਤੋਂ ਬਾਅਦ ਭਾਈ ਬਚਿੱਤਰ ਸਿੰਘ ਦੁਬਾਰੇ ਬੋਲਿਆ, ਬਾਜਾਂ ਵਾਲਿਆ ਸਤਿਗੁਰਾ, ਬਚਿੱਤਰ ਸਿੰਘ ਦੀ ਔਕਾਤ ਨਹੀਂ ਹੈ ਕਿ ਕਿਸੇ ਕੀੜੀ ਨਾਲ ਵੀ ਲੜ ਸਕੇ, ਹਾਥੀ ਤਾਂ ਬਹੁਤ ਵੱਡੀ ਗੱਲ ਹੈ, ਪਰ ਕਲੰਗੀਆਂ ਵਾਲਿਆ ਸਤਿਗੁਰਾ, ਮੈਨੂੰ ਤੇਰੇ ਥਾਪੜੇ ਤੇ ਇੰਨਾ ਭਰੋਸਾ ਹੈ ਕਿ ਬਾਜਾਂ ਵਾਲਿਆ ਸਤਿਗੁਰਾ, ਜੇ ਮਿਹਰਾਮਤ ਭਰਿਆ ਆਪਣਾ ਹੱਥ ਤੂੰ ਬਚਿੱਤਰ ਸਿੰਘ ਦੇ ਸਿਰ ਤੇ ਰੱਖ ਦੇਵੇਂ ਤਾਂ ਇਹੋ ਜਿਹਾ ਇੱਕ ਹਾਥੀ ਤਾਂ ਕੀ, ਇਵੇਂ ਦੇ ਸੈਂਕੜੇ ਹਾਥੀ ਮੈਂ ਫਨਾ ਕਰਕੇ ਰੱਖ ਦਿਆਂਗਾ, ਸਤਿਗੁਰਾ ਬਾਜਾਂ ਵਾਲਿਆ ਮੈਨੂੰ ਤੇਰੇ ਥਾਪੜੇ ਦੀ ਜ਼ਰੂਰਤ ਹੈ। ਕਿੱਡਾ ਵਿਸ਼ਵਾਸ ਹੋਏਗਾ ਸਿੱਖ ਨੂੰ ਗੁਰੂ ਤੇ,
विश्वास की कमी सी ना दुनी चंद ने गुरु गोबिंद सिंह नूं एक आम बंदा समझिया भी गुरु ने एवी कहता भी हाथी ना लड़ेगा ते जदों भाई बचित्र सिंह नूं कहा गुरु एक ही है शरीर गुरु का बचित्र सिंह भी वेख रहा है ते शरीर गुरु का दुनी चंद ने भी वेख रहा है गुरु के बोल दुनी चंद ने भी सुने ने ते गुरु की जुबान विचों निकले हुए बोल भाई बचित्र सिंह ने भी सुने ने दुनी चंद ने सोचा भी एक आम बंदा जिवें कह दिंदा हाथी ना लड़ता ऐ कह सुने ने पर जदों भाई बचित्र सिंह ने सुने ने उन्हूं पता है भी मेरे गुरु रब की जोत है रब की कला वरतदी है बाजां वाला सिर ते हथ रख देवे इह जे मैं सैकड़े हाथी फना कर देंगा सतगुरु पातशाह ने थापड़ा दिता अपने हथी नागनी वर्षा दिता ते इस योधे ने वह पहाड़ियां दे मस्त हाथी नाल मुकाबला करके मैदाने जंग विचों वापस भेजिया।